ਤੇ ਮੈਨੂੰ ਆ ਕੈਮਰਾ ਚਾਹੀਦਾ ਤਾਂ ਪੇਡ 1 ਲੱਖ ਦਾ ਪਲਾਂਟ ਜਿਹੜਾ ਹੈਗਾ ਇਹ ਕਿਡਨੀ ਸਟੋਨ ਦੀ ਲਈ ਆ ਇਹਦਾ ਕਾੜਾ ਜੇ ਪਿੰਦਾ ਦਿਨ ਰਾਤ ਇਹ ਆਕਸੀਜਨ ਛੱਡਦਾ 1 ਪਰਸਨ ਲਈ 4 ਉਹ ਤਾਂ ਆ ਕਿਤੇ ਨਹੀਂ ਜਾਂਦਾ ਅਸਲੀ ਹਾਰਾ ਤਾਂ ਅਸਲੀ ਆ ਤੁਹਾਡਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਚੱਲੇ ਲੁਧਿਆਣੇ ਨਾਲ ਮੇਰਾ ਦੋਸਤ ਆ ਸਕੂਲ ਟਾਈਮ ਦਾ ਨਿਤਿਸ਼ ਤੇ ਕੁਨਾਲ ਤੇ ਹੁਣ ਅਸੀਂ ਮਨਿੰਦਰ ਬਾਈ ਨੂੰ ਚੱਕਣ ਚੱਲੇ ਆ ਉਹਦੇ ਪਿੰਡੋਂ ਤੇ ਅਸੀਂ ਆਲਰੇਡੀ ਪਹੁੰਚ ਹੀ ਚੁੱਕੇ ਹਾਂ ਵੈਸੇ ਬਿਗੋਵਾਲ ਐਂਟਰੀ ਹੋ ਗਈ ਸਾਡੀ ਚਲੋ ਬਾਕੀ ਮੈਂ ਅੱਗੇ ਫਿਰ ਕੰਟੀਨਿਊ ਕਰਦਾ ਵੀਡੀਓ a few moments later ਤੇ ਅਸੀਂ ਹੁਣ ਪਲਾਨ ਕਰ ਰਹੇ ਸੀਗੇ ਪੋਡਕਾਸਟ ਤੇ ਮੈਨੂੰ ਆ ਕੈਮਰਾ ਚਾਹੀਦਾ ਰਿਵਿਊ ਕਰਨ ਵਾਸਤੇ ਇੱਕ ਦਿਨ ਵਾਸਤੇ ਵੀਰੇ ਮੈਨੂੰ ਇੱਕ ਦਿਨ ਲੈ ਜਿਓ ਪਰਸੋਂ ਨੂੰ ਲੈ ਜਿਓ ਹਾਂ ਮੈਂ ਪਰਸੋਂ ਲਿਆਉਂਗਾ ਨਹੀਂ ਮੈਨੂੰ ਕੱਲ ਕੱਲ ਤੇ ਮੈਂ ਤਾਂ ਰਿਵਿਊ ਕਰਨਾ ਲੋ ਪਰਸੋਂ ਕਰ ਦਿਓ ਇੱਕ ਦਿਨ ਨਾਲ ਕੀ ਫਰਕ ਪੈ ਜਾ ਪਹਿਲਾਂ ਅਸੀਂ ਅੰਦਰ ਜਾ ਕੇ ਬਹਿ ਕੇ ਖਾਣ ਲੱਗੇ ਸੀਗੇ ਫਿਰ ਅਸੀਂ ਮੋੜ ਬਦਲ ਲਿਆ ਅੰਦਰ ਥੋੜਾ ਸਾਨੂੰ ਰਿਸਕੀ ਕੰਮ ਲੱਗਦਾ ਡਰਾਈਵ ਥਰੂ ਤੇ ਠੀਕ ਹੈ ਪਰ ਦਾ ਟੈਂਪਰੇਚਰ ਵੱਧ ਆ ਗਿਆ ਮੁੰਜੀ ਫਿਰ ਕਰ ਜਣ ਮੈਂ ਹੱਥ ਧੋ ਰਿਆ ਕਿਉਂਕਿ ਸਵੇਰ ਦਾ ਮੈਂ ਪਰਮਦਾਰੀ ਹੋ ਗਿਆ ਤੇ ਪਰ ਮੰਦਰ ਬਹਿ ਕੇ ਖਾ ਨਹੀਂ ਸਕਦਾ ਅਸੀਂ ਬਾਹਰੋਂ ਫੂਡ ਲੈ ਰਹੇ ਹਾਂ ਚਲੋ ਮੰਨ ਲੈਂਦੇ ਆ ਗੱਲ ਸੋ ਮੈਕਡੋਨਲਡ ਨੇ ਸਾਨੂੰ ਅੰਦਰ ਵੜਨ ਨਹੀਂ ਦਿੱਤਾ ਕਿਉਂਕਿ ਪਰ ਦਾ ਟੈਂਪਰੇਚਰ ਵੱਧ ਸੀ ਮੇਰਾ ਨਹੀਂ ਸੀਗਾ ਬਹਿ ਕੇ ਆਰਾਮ ਨਾਲ ਖਾ ਰਹੇ ਹਾਂ ਜਦੋਂ ਦਾ ਟੈਂਪਰੇਚਰ ਵੱਧ ਹੈ ਅਸੀਂ ਵਾਰ ਵਾਰ ਹੱਥੀ ਸਾਫ਼ ਕਰੀ ਜਾਂਦੇ ਹਾਂ ਹੁਣ ਆਪਾਂ ਮਾਸਕ ਲਾ ਦਿੰਦੇ ਹਾਂ ਘਰ ਪਹੁੰਚਣ ਵਾਲੇ ਹੋ ਗਏ ਅਸੀਂ ਹੁਣ ਬਸ ਘਰ ਪਹੁੰਚ ਹੀ ਜਾਣਾ ਮੂਹਰੇ ਜਾ ਰਿਹਾ ਸਾਡੇ ਤੇ ਕਿੱਥੇ ਗਏ ਸੀਗੇ ਉਹ ਵੀ ਦੱਸ ਦਿਓ ਅਸੀਂ ਦੱਸਣਾ ਲੁਧਿਆਣੇ ਗਏ ਸੀਗੇ ਤੇ ਅੱਜ ਤਾਂ ਸ਼ਾਂਕਾ ਖੜੀ ਹੋਈ ਪਈ ਆ ਘਰੇ ਜਾ ਕੇ ਨਹਾਉਣਾ ਪੈਣਾ ਸਹੀ ਗੱਲ ਹੈ ਲੁਧਿਆਣੇ ਬਹੁਤ ਜ਼ਰੂਰੀ ਹੈ ਘਰੇ ਕਰੋਨਾ ਵਧਿਆ ਹੋਇਆ ਸੋ ਅਵਾਇਡ ਕਰੋ ਪਰ ਸਾਡੀ ਅੱਜ ਮਜਬੂਰੀ ਮੁੱਕ ਸੀ ਤੇ ਦੋ ਤਿੰਨ ਕੰਮ ਸੀ ਇੱਕ ਕੰਮ ਨਹੀਂ ਸੀ ਦੋ ਤਿੰਨ ਇਕੱਠੇ ਹੀ ਕੰਮ ਕਰਨ ਗਏ ਸੀ ਅਸੀਂ ਹੁਣ ਘਰੇ ਜਾ ਕੇ ਸਿੱਧਾ ਮੈਂ ਤਾਂ ਪਹਿਲਾਂ ਨਹਾਉਣਾ ਵਾ ਤੇ ਮੈਂ ਆਪਦੇ ਘਰੇ ਜਾਂਦੀ ਇਹਨੇ ਵੀ ਉਹਦੇ ਨੂੰ ਨਹੀਂ ਨਹਾਉਂਦੇ ਇੱਕ ਤਾਂ ਐਕਟਿਵਾ ਲੈਣ ਗਏ ਸੀਗੇ ਅਸੀਂ ਇਹ ਗਿਫਟ ਕਰੀ ਅੱਜ ਭਾਈ ਨੂੰ ਆਹ ਖੜੀ ਐਕਟਿਵਾ ਪਰ ਉਹਨੇ ਮੈਨੂੰ ਗਿਫਟ ਕੀਤਾ ਵਾ ਥੈਂਕ ਯੂ ਸੋ ਮਚ ਚਲੋ ਘਰੇ ਚੱਲੀਏ 2 hours later ਅੱਜ ਵਾਪਸੀ ਤੇ ਆਉਂਦੇ ਹੋਏ ਅਸੀਂ ਇੱਥੇ ਰੁਕੇ ਸੀਗੇ ਬਾਰਨ ਕੋਲ ਪਟਿਆਲੇ ਐਂਟਰ ਹੁੰਦੇ ਸਾਰੀ ਪਿੰਡਾਂ ਦਾ ਤੇ ਉੱਥੇ ਸਾਨੂੰ ਇੱਕ ਬੜੀ ਵਧੀਆ ਸ਼ਾਪ ਮਿਲੀ ਆਪਣਾ ਉੱਥੇ ਸਾਰੀ ਹਰ ਤਰ੍ਹਾਂ ਦਾ ਪਲਾਂਟ ਸੀਗਾ ਹਨਾ ਕਾਫੀ ਜੈਨੂਇਨ ਸੀਗੇ ਬੰਦੇ ਵਿੱਚ ਬਹੁਤ ਜੈਨੂਇਨ ਸੀ ਪਲਾਂਟਸ ਦੀ ਵੈਰਾਈਟੀ ਬਹੁਤ ਅੱਛੀ ਸੀ ਤੇ ਕੁਝ ਪਲਾਂਟਸ ਆਪਾਂ ਮੈਂ ਵੀ ਖਰੀਦੇ ਕਈ ਪਲਾਂਟ ਤਾਂ ਪਹਿਲੀ ਵਾਰ ਦੇਖੇ ਨੇ ਇੰਨੇ ਮਹਿੰਗੇ ਤੋਂ ਮਹਿੰਗਾ ਪਲਾਂਟ ਪਿਆ ਸੀਗਾ ਸਸਤੇ ਤੋਂ ਸਸਤਾ ਹਰ ਤਰ੍ਹਾਂ ਦੀ ਟਾਈਪ ਪਈ ਬੋਨਸਾਈ ਪਈ ਸੀ ਇਹ ਮੈਂ ਨਾਮ ਪਹਿਲੀ ਵਾਰ ਸੁਣਿਆ ਇੱਕ ਪਰਸਨ ਦੀ 4 ਪਲਾਂਟਸ ਚਾਹੀਦੇ ਹੁੰਦੇ ਆ ਪਲਾਂਟ ਦੇ ਅੱਛਾ ਤੇ 19 ਆਕਸੀਜਨ ਪ੍ਰੋਵਾਈਡ ਕਰਦਾ ਹੈ ਇਨਡੋਰ ਲਈ ਬਹੁਤ ਵਧੀਆ ਜਿੱਥੇ ਪੋਲੂਸ਼ਨ ਜ਼ਿਆਦਾ ਜਿੱਥੇ ਇਹ ਪਾਮ ਰਾਤ ਨੂੰ ਵੀ ਤੇ ਦਿਨ ਨੂੰ ਵੀ ਇਹਦਾ ਕੰਮ ਹੀ ਇਹੀ ਹੈ ਕਿ ਜਿਹੜਾ ਆਕਸੀਜਨ ਹੈ ਇਹ ਹਿਊਮਨ ਬੀਇੰਗ ਨੂੰ ਦੇਣੀ ਪ੍ਰੋਵਾਈਡ ਕਰਨੀ ਹੈ ਇਹਨੇ ਹਾਂ ਦਿਨ ਰਾਤ ਇਹ ਆਕਸੀਜਨ ਛੱਡਦਾ ਇੱਕ ਪਰਸਨ ਲਈ 4 ਅੱਛਾ ਅੰਦਰ ਰੱਖਣੇ ਇਹ ਇਹਦੇ 4 ਬੂਟੇ ਇੱਕ ਪਰਸਨ 12 ਬੂਟੇ ਹੋਣੇ ਚਾਹੀਦੇ ਆ ਪੂਰੇ ਘਰ ਅੱਛਾ ਹਾਂ ਇਹ ਬੇਸਿਕ ਐਕਚੁਅਲ ਫੈਕਟ ਹੈ ਤਾਂ ਇਹ ਬੰਬੇ ਦਿੱਲੀ ਅੰਦਰ ਇਨਡੋਰ ਹੀ ਰੱਖਦੇ ਨੇ ਫਿਰ ਇੱਕ ਹੋਰ ਕੀ ਦਿੱਲੀ ਚ ਸਭ ਤੋਂ ਜ਼ਿਆਦਾ ਇਨਡੋਰ ਜਿਹੜੀ ਗਾਰਡਨਿੰਗ ਹੋਈ ਪਈ ਹੈ 에ਅਰਪੋਰਟਸ ਤੇ ਉਹਨਾਂ ਨੇ ਆਹ ਲਾ ਰੱਖੇ ਆ ਇੱਕ ਹੋਰ ਹੁੰਦਾ ਮਦਰ ਇਨ ਲਾ ਟੰਗ ਪਲਾਂਟ ਮਦਰ ਇਨ ਲਾ ਟੰਗ ਪਲਾਂਟ ਹਾਂ ਉਹ ਵੀ ਆਪਾਂ ਦੇਖ ਲੈਂਦੇ ਆ ਅੱਛੇ ਹੋਊਗਾ ਆ ਰਿਹਾ ਛੋਟਾ ਵੈਸੇ ਉਹਨਾਂ ਨੇ ਉੱਧਰ ਰੱਖੇ ਹੋਣਗੇ ਆਹ ਮਦਰ ਇਨ ਲਾ ਟੰਗ ਪਲਾਂਟ ਇਹਨੂੰ ਸਨੇਕ ਪਲਾਂਟ ਵੀ ਕਹਿੰਦੇ ਆ ਇਹਦਾ ਵੀ ਇਹੀ ਕੰਮ ਹੈ ਰਾਤ ਨੂੰ ਆਕਸੀਜਨ ਪ੍ਰੋਵਾਈਡ ਕਰਨਾ ਅੱਛਾ ਇਹ ਬੇਸਿਕ ਚੀਜ਼ਾਂ ਇਹ ਇਨਡੋਰ ਪਲਾਂਟਸ ਦਾ ਮੇਨ ਮਕਸਦ ਹੈ ਕੀ ਨਾਂ ਦੱਸਿਆ ਸੀ ਇਹਦਾ ਮਦਰ ਇਨ ਲਾ ਟੰਗ ਪਲਾਂਟ ਐਂਡ ਸਨੇਕ ਪਲਾਂਟ ਔਰ ਸਨੇਕ ਪਲਾਂਟ ਇਹ ਹੋ ਗਿਆ ਪੱਥਰ ਜੱਟ ਪੱਥਰ ਜੱਟ ਬੇਸਿਕਲੀ ਇਹਨੂੰ ਕਹਿੰਦੇ ਆ ਇਹ ਜ਼ਖਮ ਜ਼ਖਮ ਦੇ ਸਰ ਬੇਰੀਜ਼ ਬਲਗੇਰੀ ਇਹ ਬੇਸਿਕ ਪਲਾਂਟ ਜਿਹੜਾ ਹੈਗਾ ਇਹ ਕਿਡਨੀ ਸਟੋਨ ਦੀ ਲਈ ਹੈ ਇਹਦਾ ਕਾੜਾ ਜੇ ਪਿੰਦਾ ਬੰਦਾ ਤੇ ਇਹਦੀ ਹੋਮੋਪੈਥਿਕ ਟਿੰਕਚਰ ਵੀ ਬਣਦਾ ਇਹਦਾ ਤੇ ਜਿਹੜਾ ਜਿਹਦੇ ਕਿਡਨੀ ਸਟੋਨ ਹੁੰਦੇ ਆ ਜਾਂ ਗੋਲ ਬਲੈਡਰ ਸਟੋਨ ਇਨੀਸ਼ੀਅਲ ਸਟੇਜ ਉਹ ਕੈਲਸ਼ੀਅਮ ਆਕਸਲੇਟ ਨੂੰ ਘੜ ਦਿੰਦਾ ਹੈ ਬੋਡੀ 'ਚ ਇਹ ਉਹਦੇ ਲਈ ਪੱਥਰ ਚੱਟ ਕਹਿੰਦੇ ਆ ਇਹਨੂੰ ਇਹ ਪੱਥਰ ਚੱਟ ਵੈਸੇ ਹੁੰਦੇ ਆ ਆਪਣੇ ਆਮ ਘਰਾਂ 'ਚ ਫੋੜੇ ਹਾਂ ਇਹਦਾ ਇਹ ਆ ਇਹਦੀ ਕਟਿੰਗ ਵੀ ਲੱਗ ਜਾਂਦੀ ਆ ਮਦਰ ਇਨ ਲਾ ਟੰਗ ਪਲਾਂਟ ਦੀ ਵੀ ਕਟਿੰਗ ਲੱਗ ਜਾਂਦੀ ਕੱਟ ਕੇ ਜ਼ਮੀਨ 'ਚ ਲਾ ਦਿਓ ਬਰਸਾਤਾਂ ਵੇਲੇ ਉਹ ਨਿਊ ਇੱਕ ਰੂਟ ਫੜ ਲੂਗਾ ਤੇ ਅਸੀਂ ਆਏ ਸੀਗੇ ਇੱਥੇ ਸ਼ਾਪ ਇਹ ਪਟਿਆਲੇ ਬਾਰਨ ਕੋਲ ਹੈ ਤੇ ਕੀ ਨਾਮ ਹੈ ਜੀ ਨਰਸਰੀ ਦਾ ਦੱਸ ਦਿਓ ਬਾਰਨ ਖਾਲਸਾ ਨਰਸਰੀ ਬਾਰਨ ਖਾਲਸਾ ਨਰਸਰੀ ਸਾਡੇ ਕੋਲ ਬੌਨਸਾਈ 1 ਲੱਖ ਵਾਲਾ ਵੀ ਪੜਾ ਕੀ ਬੌਨਸਾਈ
ਜਾਪਾਨ ਦੀ ਆਰਟ ਹੁੰਦੀ ਆ ਇਹਦਾ ਕੀ ਹੈ ਇਹਨੂੰ ਛੋਟਾ ਕਰਦੇ ਰਹਿੰਦੇ ਕੱਟਦੇ ਰਹਿੰਦੇ ਕੱਟਦੇ ਰਹਿੰਦੇ ਘਣਾ ਹੁੰਦਾ ਰਹਿੰਦਾ ਪੇੜ ਬਣ ਜਾਂਦਾ ਇੱਕ ਅੱਛਾ ਬੇਸਿਕਲੀ ਪੇੜ ਬਣ ਜਾਂਦਾ ਇੱਕ ਪੂਰੇ ਉਹਦੇ ਤੇ ਜਾਪਾਨ ਦੀ ਆਰਟ ਹੁੰਦੀ ਆ ਬੋਨਸਾਈ ਉਹ ਇੱਕ ਉਧਰ 1 ਲੱਖ ਦੀ ਕਿਹੜਾ ਅੱਛਾ ਆ ਬਾਈ ਆ ਪੇੜ 1 ਲੱਖ ਦਾ ਪਾਂਡਾ ਫੈਕਸ ਪਾਂਡਾ ਫੈਕਸ ਹੈ ਸਭ ਤੋਂ ਸਲੋ ਗਰੋਇੰਗ ਫਾਈਕਸ ਦੀ ਵੈਰਾਈਟੀ ਹੈ ਐਂਡ ਇਟ ਇਜ਼ 60 ਇਅਰਸ ਓਲਡ 60 ਸਾਲ ਪੁਰਾਣਾ ਹੈ 60 ਸਾਲ ਲਾ ਲਓ ਇਹਨੇ 60 ਸਾਲ ਲਏ ਨੇ ਆ ਸ਼ੇਪ ਚਾਉਣ ਨੂੰ ਹੈਨਾ ਇਹਨੂੰ ਬਣਾਉਣਾ ਪੈਂਦਾ ਹੈ ਸ਼ੇਪ ਇਹ ਦੇਣੀ ਹੌਲੀ ਹੌਲੀ ਕਟਿੰਗ ਕਰਕੇ 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 ਉਹ 60 ਸਾਲ ਬਾਅਦ ਹੋਣਗੇ ਜਦ ਆਪਣੇ ਪੋਤੇ ਹੋਣਗੇ ਉਹਨਾਂ ਨੂੰ ਗਿਫਟ ਕਰਨਾ ਇਹ ਪੋਤੇ ਆਰੇ ਪੰਮੀ ਸਟੋਨ ਪਲਾਂਟ ਆ ਬੜੇ ਹੋ ਕੇ ਹਾਂ ਓਏ ਸਟੋਨ ਦੀ ਸ਼ੇਪ ਹੈ ਸਟੋਨ ਸਹੀ ਗੱਲ ਹੈ ਘੈਂਟ ਦੀ ਵਧੀਆ ਜੀ ਸੀ ਘੈਂਟ ਜੀ ਲੱਗੀ ਹੈ ਨਾ ਬਾਕੀ ਆਪਾਂ ਵੀ ਪਲਾਂਟ ਖਰੀਦ ਲਏ ਆਮਲੇ ਦੇ ਪਲਾਂਟ ਦੇਖਿਆ ਆਮਲਾ ਵੀ ਖਰੀਦ ਲਿਆ ਬਾਕੀ ਚਲੋ ਸਾਰੀਆਂ ਗੱਲਾਂ ਠੀਕ ਨੇ ਕੁਨਾਲ ਤਾਂ ਮਾਸਕ ਕਿਉਂ ਨਹੀਂ ਲਾਇਆ ਮੇਰਾ ਮਾਸਕ ਤੁਹਾਡੇ ਦੋਸਤ ਜਿਨ੍ਹਾਂ ਨੇ ਆਪਾਂ ਪਿੰਡ ਗਏ ਸੀ ਉਹਨਾਂ ਦੇ ਘਰੇ ਰਹਿ ਗਿਆ ਉਹਨਾਂ ਦੇ ਸਿੰਕ ਦੇ ਮਨਿੰਦਰ ਬਾਈ ਦੇ ਘਰੇ ਰਹਿ ਗਿਆ ਮਾਸਕ ਸਾਂਭ ਕੇ ਰੱਖ ਲਿਓ ਪਹਿਲਾਂ ਮੇਰੀ ਐਨਕਾਂ ਵੀ ਲੱਭ ਲਿਓ ਪਹਿਲਾਂ ਕਿੱਲੀਆਂ ਦੇ ਨਾਲ ਪਰੌਂਦੇ ਟੰਗੇ ਹੁੰਦੇ ਸੀਗੇ ਹੁਣ ਕਿੱਲੀਆਂ ਦੇ ਨਾਲ ਮਾਸਕ ਟੰਗੇ ਹੋਏ ਕੀ ਹੋ ਗਿਆ ਮਿਲ ਗਿਆ ਮਿਲ ਤਾਂ ਗਿਆ ਪਤਲਾ ਅੱਛਾ ਉਹ ਪੁੱਤਾ ਆ ਕਿਤੇ ਨਹੀਂ ਜਾਂਦਾ ਅਸਲੀ ਹਾਰਾ ਹਾਰਾ ਤਾਂ ਅਸਲੀ ਆ ਤੁਹਾਡਾ ਤੈਨੂੰ ਸ਼ੌਂਕ ਆ ਨਾ ਚੀਜ਼ਾਂ ਦਾ ਚਲੋ ਚੱਲ ਰਹਿਣ ਦੇ ਬਾਏ ਓਕੇ ਹਾਂ ਦੱਸੋ ਗੈਸ ਕੀ ਹੈ ਦੇਖ ਕੇ ਆਈਡੀਆ ਕੋਈ ਈਮੇਲ ਹੀ ਨਹੀਂ ਹੈਗੀ ਦੱਸੋ ਫਿਰ ਵੀ ਊਂ ਤੁਹਾਨੂੰ ਬੁੱਟਿਆਂ ਦੀ ਇੰਨੀ ਨੌਲੇਜ ਹੈ ਆਮਲਾ ਹੈ ਆਮਲਾ ਇਮਲੀ ਆਮਲਾ ਮੈਨੂੰ ਲਾ ਲਿਓ ਹੁਣ ਸਭ ਤੋਂ ਪਹਿਲਾਂ ਘਰੇ ਆ ਕੇ ਨਹਾਉਣਾ ਪੈਂਦਾ ਅਤੇ ਆਪਾਂ ਹੋ ਗਏ ਫਰੈਸ਼ ਬਾਕੀ ਬਾਹਰ ਨਿਕਲਣਾ ਅਵੋਇਡ ਹੀ ਕਰੀਦਾ ਅੱਜ ਥੋੜ੍ਹੀ ਮਜਬੂਰੀ ਸੀ ਤਾਂ ਜਾਣਾ ਪਿਆ ਉਹ ਨਰਸਰੀ 'ਚ ਯਾਰ ਬਾਹਲੇ ਯੂਨੀਕ ਜਿਹੇ ਬੂਟੇ ਸੀ ਮੈਂ ਤਾਂ ਪਹਿਲਾਂ ਕਦੇ ਨਹੀਂ ਦੇਖੇ ਇੱਕ ਡੇਲੀ ਵਲੋਗਸ ਪਾਉਣਾ ਵੀ ਮੈਂ ਦੇਖਿਆ ਬਾਹਲੀ ਖਤਰਨਾਕ ਜੋਬ ਆ ਅਤੇ ਜਿਹੜੀ ਮੈਂ ਅੱਜ ਪਹਿਲਾਂ ਵੀਡੀਓ ਅਪਲੋਡ ਕੀਤੀ ਹੈ ਟੀਚਰਸ ਲਈ ਹੋਪ ਉਹਨਾਂ ਸਾਰਿਆਂ ਨੂੰ ਵੀਡੀਓ ਤੋਂ ਹੈਲਪ ਹੋਊਗੀ ਜਿਹੜੇ ਐਜੂਕੇਸ਼ਨਲ ਵੀਡੀਓਜ਼ ਬਣਾਉਣਾ ਚਾਹੁੰਦੇ ਸੀ ਅਤੇ ਮੈਂ ਵੀਕ 'ਚ ਇੱਕ ਵੀਡੀਓ ਇੱਦਾਂ ਦੀ ਪੱਕਾ ਬਣਾਇਆ ਕਰੂੰਗਾ ਜਿਹੜੀ ਮੈਨੂੰ ਰਿਕੁਐਸਟ ਆਉਂਦੀਆਂ ਨੇ ਜਿੱਦਾਂ ਦੀ ਵੀਡੀਓ ਬਣਾਉਣ ਲਈ ਤਾਂ ਜਿਹੜੇ ਨਹੀਂ ਵੀ ਉਹ ਵੀਡੀਓਜ਼ ਦੇਖਣਾ ਚਾਹੁੰਦੇ ਤਾਂ ਉਹ ਦਿਨ ਛੱਡ ਦਿਆ ਕਰੋ ਮੈਂ ਇੱਕ ਅੱਧੇ ਦਿਨ 'ਚ ਤੁਹਾਨੂੰ ਫਾਈਨਲ ਕਰਕੇ ਦੱਸ ਦੂੰਗਾ ਵੀ ਕਿਹੜਾ ਡੇ ਰੱਖਦੇ ਉਹਨਾਂ ਲਈ ਜਿੱਦਾਂ ਦੀਆਂ ਮੈਂ ਬਣਾਉਣਾ ਚਾਹੁੰਦਾ ਹਾਲੇ ਤੱਕ ਉਹਨਾਂ ਦਾ ਵਿਚਾਰੀਆਂ ਦਾ ਵੀਡੀਓ ਦਾ ਟਾਈਮ ਹੀ ਨਹੀਂ ਆ ਰਿਹਾ ਹਾਲੇ ਮੈਂ ਉਲਝਿਆ ਹੋਇਆ ਮੈਨੂੰ ਕੋਈ ਕਹਿ ਦਿੰਦਾ ਆ ਇੱਦਾਂ ਦੀ ਵੀਡੀਓ ਬਣਾ ਕੋਈ ਇੱਕ ਮੈਨੂੰ ਕਹਿ ਦਿੰਦਾ ਉੱਦਾਂ ਦੀ ਬਣਾ ਮੈਂ ਹਾਲੇ ਉਹੀ ਵਾਲੇ ਗੇਟ 'ਚੋਂ ਹੀ ਨਹੀਂ ਬਾਹਰ ਨਿਕਲ ਪਾ ਰਹੇ ਅਤੇ ਚਲੋ ਫਿਰ ਹੁਣ ਮਿਲਦੇ ਹਾਂ ਕੱਲ੍ਹ ਨੂੰ ਡੇਲੀ ਵੀਡੀਓਜ਼ ਪਾਉਣੀਆਂ ਦਾ ਸ਼ੁਰੂ ਕਰ ਹੀ ਦਿੱਤੀਆਂ